ਰਹਿੰਦੀਆਂ ਸੰਸਾਰ ਦੀ ਨੇ ਪਰ ਗੁਰੂ ਸ਼ਬਦ ਦੀ ਕਮਾਈ ਕਰਦੇ ਨੇ, ਬਾਣੀ ਦੀ ਕਮਾਈ ਕਰਦੇ ਨੇ, ਨਿਤਨੇਮ ਦੀ ਕਮਾਈ ਕਰਦੇ ਨੇ। ਉਹ ਹਰ ਵੇਲੇ ਕੋਈ ਨਾ ਕੋਈ ਨਿਸ਼ਾਨਾ ਮੁੱਖ ਰੱਖ ਕੇ ਵਾਲੇ ਮਹਾਂਪੁਰਖ ਸ਼੍ਰੀ ਵਿਦਾਸੀ ਸੰਪਰਦਾਇ ਬਹੁਤ ਹੀ ਸਤਿਕਾਰਯੋਗ ਪੜ੍ਹਾਉਣ ਵਾਲੇ ਮਹਾਂਪੁਰਖ ਮਹਾਨ ਵਿਦਵਾਨ ਆਪ ਸੰਗਤਾਂ ਦੇ ਸਨਮੁੱਖ ਬੈਠੇ ਨੇ। ਆਪਣੇ ਕਾਫੀ ਮਹਾਂਪੁਰਖਾਂ ਤੋਂ ਪਹਿਲਾਂ ਵੀ ਸਤਿਗੁਰਾਂ ਬਾਰੇ ਸਰਵਣ ਕੀਤਾ ਅਤੇ ਸਰਵਣ ਕਰੋਗੇ। ਆਓ ਸਾਨੂੰ ਸਤਿਗੁਰ ਨਾਲ ਕੌਣ ਜੋੜਦੇ ਹੈ, ਸਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੌਣ ਜੋੜਦੇ ਹੈ, ਸਾਡੀ ਜ਼ਿੰਦਗੀ ਕੌਣ ਸਵਾਰਦੇ ਹੈ। ਮੈਂ ਸੰਤ ਬਾਬਾ ਨਰਾਇਣ ਸਿੰਘ ਮਹਾਰਾਜ ਜੀ ਤਪਤ ਰਾਜ ਮੋਹਾਲੀ ਵਾਲਿਆਂ ਦੇ ਚਰਨਾਂ 'ਚ ਰਹਿ ਕੇ ਜੋ ਸਿੱਖਿਆ, ਜ਼ਿੰਦਗੀ 'ਚ ਸਭ ਕੁਝ ਮਿਲ ਜਾਂਦਾ। ਮਹਾਂਪੁਰਖ ਕਹਿੰਦੇ ਸੋਹਤ ਮਿਲ ਜਾਂਦੀ ਹੈ, ਨਾਮ ਬਣ ਜਾਂਦਾ, ਮਾਇਆ ਬਹੁਤ ਇਕੱਤਰ ਹੋ ਜਾਂਦੀ ਹੈ, ਇੱਜ਼ਤਾਂ ਬਣ ਜਾਂਦੀਆਂ ਨੇ, ਉੱਚੇ ਉੱਚੇ ਮੁਰਾਦ ਵੀ ਮਿਲ ਜਾਂਦੇ ਹੈ। ਪਰ ਵੱਡੇ ਭਾਗ ਉਹਨਾਂ ਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਕੋਈ ਮਹਾਂਪੁਰਖ ਮਿਲ ਗਿਆ। ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਕੋਈ ਮਹਾਂਪੁਰਖ ਮਿਲ ਗਿਆ। ਇਸ ਇਲਾਕੇ ਦੇ ਕਿੰਨੇ ਭਾਗ ਨੇ ਅਤੇ ਕਿੰਨੀਆਂ ਜ਼ਿੰਦਗੀਆਂ ਸਫਲ ਰਹੀਆਂ ਨੇ। ਸੰਤ ਬਾਬਾ ਰਾਮ ਸਿੰਘ ਜੀ ਮਸਤਾਨਾ ਜਿਨ੍ਹਾਂ ਦੀ ਜ਼ਿੰਦਗੀ 'ਚ ਆਏ, ਉਹਨਾਂ ਨੇ ਕਿੰਨਾਂ ਨੂੰ ਇਸ ਨਾਮ ਦੇ ਵੇੜੇ ਵਿੱਚ ਚੜ੍ਹਾ ਦਿੱਤਾ ਹੈ। ਕਿੰਨੇ ਹੁਣ ਸੰਤ ਬਾਬਾ ਭਗਤ ਸਿੰਘ ਜੀ ਹੋਰ ਜਿੰਨੇ ਸੰਸਥਾਨ ਦੇ ਮਹਾਂਪੁਰਖ ਨੇ, ਕਿੰਨੇ ਕਿੰਨੇ ਉਹਨਾਂ ਦੇ ਉਪਰਾਲੇ ਨੇ, ਉੱਤਮ ਨੇ। ਸਾਲ ਵਿੱਚ ਦੋ ਸਮਾਗਮ ਵੱਡੇ ਕਰਾਉਂਦੇ ਹੈ। ਅਸਲ ਵਿੱਚ ਵੱਡੇ ਮਹਾਂਪੁਰਖ ਮਸਤਾਨਾ ਜੀ ਅਤੇ ਮਾਨ ਸਰੋਵਰ ਬਣਾ ਕੇ ਹੁਣ ਇੱਥੇ ਜਿਹੜੇ ਮਹਾਂਪੁਰਖ ਹੁੰਦੇ ਨੇ ਪਰਮਹੰਸ ਨੇ, ਇਹ ਜਿਹੜੇ ਮਹਾਂਪੁਰਖ ਦੇ ਸਥਾਨ 'ਤੇ ਆਉਂਦੇ ਆ ਬਾਹਰੋਂ ਚੱਲ ਕੇ, ਉਹ ਪਰਮਹੰਸ ਨੇ ਜਿਹੜੇ ਆਪਾਂ ਇਸ ਇਲਾਕੇ ਦੇ ਲੋਕ ਹਾਂ। ਆਪਣੇ ਵੱਡੇ ਭਾਗ ਨੇ ਕਿ ਮਹਾਂਪੁਰਖ ਮੋਤੀ ਬੁਣਦੇ ਆ, ਆਪਾਂ ਚੱਕਦੇ ਹਾਂ। ਇਸੇ ਕਰਕੇ ਜ਼ਿੰਦਗੀ ਸਵਾਰਨੀ ਹੈ ਤਾਂ ਮਹਾਂਪੁਰਖ ਸਮਝਾਉਂਦੇ ਆ ਵੀ ਮਨੁੱਖਾ ਜਨਮ ਮਿਲ ਗਿਆ, ਇਹ ਸਰਵਣ ਕਰ ਰਹੇ ਸੀ ਨਾ, ਇੱਕ ਤਾਂ ਜ਼ਿੰਦਗੀ ਬਤੀਤ ਹੁੰਦੀ ਹੈ, ਇੱਕ ਜ਼ਿੰਦਗੀ ਸਫਲ ਹੁੰਦੀ ਹੈ, ਆਪਾਂ ਨੇ ਜ਼ਿੰਦਗੀ ਸਫਲ ਕਰਨੀ ਹੈ। ਅਤੇ ਗੁਰਮੁਖ ਪਿਆਰਿਓ ਕਿਵੇਂ ਕਰਨੀ ਹੈ, ਪੁੱਛੀਏ ਮਹਾਰਾਜ ਜੀਆਂ ਨੂੰ। ਸਤਿਗੁਰ ਦੇਵ ਜੀ ਕਹਿਣਗੇ ਵੀ ਤੁਰ ਕਿਸੇ ਮਹਾਂਪੁਰਖ ਦੀ ਭਾਲਣਾ ਕਰ, ਘੂੜ ਮਹਾਂਪੁਰਖ ਨੂੰ, ਉਹਨਾਂ ਨਾਲ ਰਲ ਕੇ ਫਿਰ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਬਾਇਓ, ਹਰ ਬਸੂਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ, ਤੇਰੇ ਸਾਰੇ ਦੁੱਖਾਂ ਦਾ ਨਾਸ ਹੋਵੇਗਾ, ਸਾਰੇ ਸੁੱਖ ਤੇਰੇ ਝੋਲੇ ਵਿੱਚ ਪੈਣਗੇ। ਤੂੰ ਇੱਕ ਕੰਮ ਕਰ ਵੀ ਮਹਾਂਪੁਰਖਾਂ ਨੂੰ ਲੱਭ, ਉਹਨਾਂ ਨਾਲ ਰਲ ਕੇ ਹਰ ਜਸ ਕੀਰਤਨ ਨੂੰ ਗਾਉਣਾ ਕਰ। ਅਤੇ ਗੁਰਮੁਖ ਪਿਆਰਿਓ ਆਪਣੇ ਵੱਡੇ ਭਾਗ ਨੇ ਇਸ ਇਲਾਕੇ ਦੇ, ਕਿੰਨੇ ਮਹਾਂਪੁਰਖ ਹੁੰਦੇ ਆ, ਕਿੰਨੇ ਕਿੰਨੇ ਸੋਹਣੇ ਵਚਨ ਆਪਾਂ ਨੂੰ ਸੁਣਾ ਕੇ ਜਾਂਦੇ ਆ, ਕਿੰਨੀ ਆਪਣਿਆਂ ਦੀ ਜ਼ਿੰਦਗੀ ਬਦਲ ਜਾਂਦੀ ਆ ਮਹਾਂਪੁਰਖ ਦੇ ਮੁੱਖ ਵਚਨ ਨਾਲ। ਇਹਨਾਂ ਨੂੰ ਮਾਣ ਹੈ ਵੀ ਸੰਸਾਰ ਦੇ ਲੋਕਾਂ ਦੀ ਜ਼ਿੰਦਗੀ ਇਹਨਾਂ ਨੇ ਸੁਧਾਰਨੀ ਹੈ, ਇਹ ਆਪਣੀ ਜ਼ਿੰਮੇਵਾਰੀ ਨੂੰ ਵਾਹਗੁਰੂ ਨਿਭਾ ਰਹੇ ਨੇ ਮਹਾਂਪੁਰਖ। ਮੈਂ ਆਪ ਸਰਵਣ ਕਰਿਓ ਮਹਾਰਾਜ ਜੀ, ਗੁਰੂ ਮਹਾਰਾਜ ਗੁਰਜਨ ਦੇਵ ਮਹਾਰਾਜ ਜੀ ਦੇ ਇਤਿਹਾਸ ਬਾਰੇ ਚਾਨਣਾ ਸਵੇਰ ਤੋਂ ਆਪ ਇਹ ਸਰਵਣ ਕਰ ਰਹੇ ਹੋ, ਕੁਝ ਕੁ ਮੈਂ ਬੇਨਤੀ ਕਰਦਾ ਸੁਣਿਓ। ਜ਼ਿੰਦਗੀ ਵਿੱਚ ਮਹਾਂਪੁਰਖ ਮੈਂ ਤਗਲਸੂਲ ਕੀਤੀ ਆ ਵੀ ਮਹਾਂਪੁਰਖ ਜੀ ਆ ਜਾਵੇ ਜ਼ਿੰਦਗੀ ਵਿੱਚ, ਉਹ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇਵੇਗਾ। ਜਿਹੜਾ ਆਪ ਜੁੜਿਆ ਹੋਇਆ ਉਹ ਤੁਹਾਨੂੰ ਜੋੜ ਦੇਵੇਗਾ, ਜਿਹੜਾ ਆਪੂ ਬਣ ਗਿਆ ਤੇ ਗੁਰਮੁਖ ਪਿਆਰਿਓ ਵੀ ਆਪੂ ਵੀ ਕੀ ਮੇਰੇ ਵਰਗੇ ਜੋੜਾ ਵਰਗੇ ਸੰਤ ਬਣੇ ਫਿਰਦੇ ਆ, ਉਹਨਾਂ ਤੋਂ ਬਚ ਕੇ ਰਹਿਣਾ ਤੇ ਗੁਰਮੁਖ ਪਿਆਰਿਓ ਉਹਨਾਂ ਤੋਂ ਬਚ ਕੇ ਰਹਿਣਾ ਤੇ ਗੁਰਮੁਖ ਪਿਆਰਿਓ ਕਿਉਂਕਿ ਇਹਨਾਂ ਦੇ ਗਿਆਨ ਤੁਹਾਨੂੰ ਕਰਤੇ ਪੁਰਖ ਨੇ ਦਿੱਤਾ ਵੀ ਤੁਹਾਨੂੰ ਪਹਿਚਾਣ ਹੈ ਹਰ ਇੱਕ ਮਹਾਂਪੁਰਖ ਦੀ, ਕਿਉਂਕਿ ਤੁਹਾਡੇ ਤੇ ਕਿਰਪਾ ਵੱਡੇ ਮਹਾਂਪੁਰਖ ਮਸਤਾਨਾ ਜੀ ਆ ਦੀ ਆ, ਬੋਲਣ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ।
ਇਸੇ ਕਰਕੇ ਤੇ ਗੁਰਮੁਖ ਤੋਂ ਪਿਆਰੇ ਕੱਚੇ ਪਹਿਲੇ ਵੀ ਬਹੁਤ ਆ ਜਾਂਦੇ ਕਿ ਵੀ ਜਿਹੜੇ ਸੰਤਾਂ ਦੀ ਨਿੰਦਿਆ ਕਰ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆਰਤੀ ਹੋਰ ਕਰ ਜਾਂਦੇ ਆ। ਤੇ ਗੁਰਮੁਖ ਪਿਆਰਿਓ ਸਰਵਣ ਕਰ ਰਹੇ ਸੀ ਵੀ ਇੱਕ ਤਾਂ ਜ਼ਿੰਦਗੀ ਬਤੀਤ ਕਰਨੀ ਹੈ, ਇੱਕ ਜ਼ਿੰਦਗੀ ਸਫਲ ਕਰਨੀ ਹੈ। ਆਪਾਂ ਨੇ ਜ਼ਿੰਦਗੀ ਸਫਲ ਕਰਨੀ ਹੈ, ਮਹਾਂਪੁਰਖਾਂ ਦੇ ਸੰਗ ਨਾਲ ਲਾ ਕੇ ਆਹ ਬਹੁਤ ਉਪਰਾਲਾ ਕੀਤਾ। ਸਤਸੰਗ ਸਵੇਰ ਤੋਂ ਹੋ ਰਿਹਾ, ਸਤਸੰਗ ਦੀਆਂ ਘੜੀਆਂ ਕਬੀਰ ਏਕ ਘੜੀ ਆਦੀ ਘੜੀ ਆਦੀ ਹੁੰਦ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਆਹ ਮਹਾਂਪੁਰਖਾਂ ਦੇ ਵਚਨ ਜਿੰਨਾ ਚਿਰ ਸੁਣੋਗੇ, ਇੱਥੇ ਬੈਠ ਕੇ ਮਨ ਵਿੱਚ ਵਸਾਵੋਗੇ, ਤੇ ਗੁਰਮੁਖ ਪਿਆਰਿਓ ਸੁਣ ਕੇ ਮੰਨ ਲਿਆ, ਮੰਨ ਕੇ ਨਿਧਿਆਸਨ ਕੀਤਾ, ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਫਿਰ ਕੁਰਬਾਨੀ।
बस एक दूसरे के चढ़ा लिया कौन जाने मेरा नाम जियो मेरी कोई पावर नहीं कि मैं इन्होंने सामुख या गुरु ग्रंथ साहब के पावन चरणों में मैं कुछ बोल जावा मैं अपने पिता समान महापुरखों के चरणों में एक जिमें विद्यार्थी मास्टर को संथिया पकाता है ना बस मैं संथी पका लगी हाँ वो सतनाम दास तो पहला स्वामी नरसेवानंद महाराज जी कुटिया आलमगीर वाले और संत बाबा भरपूर सिंह जी जिन्होंने बहुताज समा दिता महापुरखों की संगत कि महापुरख सानू गुरु नाल जोड़ते हैं महापुरखों की संगत करनी है महापुरखों की संगत विचों मिलता की है लैना की है महापुरख सानू जोड़ते हैं नाम के नाल जोड़ते हैं बाणी के नाल जिन्हों के हिरदे विच बाणी है सहनशीलता आ गई जिन्हों की बंदगी है सहनशीलता आ गई वो चाहे तपदे कड़ाहियां विच बैठ गए जे अंदर बंदगी है तो तपते कड़ाहे भी ठर गए वो सतनाम तपत कड़ाहा बुझ गया शीतल नाम पियो जिन्हों के हिरदे विच बंदगी है जिन्हों के हिरदे विच सत्संग जी नाम की कमाई है वो बिठाने वाले हंकारियां ने भावें तत्ती तवी ते बिठा दिता है भावें थल्यों भी पट पड़ते ने भावें उपरों भी गर्म रेत पैंदी है पर जिन्हों के हिरदे विच परमेश्वर का नाम है उन्हां दी रचना तो आ वचन निकलते ने Thank you.
ਵਿਰਹੀ ਨਾ ਹੋ। ਆਪਣੇ ਗੁਰੂ ਦੇ ਦਰਸ਼ਨਾਂ ਬਿਨਾਂ ਸਿੱਖ ਦੀ ਜਾਨ ਨਹੀਂ ਬਚਦੀ। ਜਿਸ ਵੇਲੇ ਸਤਿਗੁਰੂ ਜਾਣ ਲੱਗੇ, ਸੰਗਤ ਪਿੱਛੇ ਪਿੱਛੇ ਤੁਰੀ ਜਾਂਦੀ ਹੈ ਤੇ ਪਿਪਲੀ ਵਾਲਾ ਚੌਂਕ ਹੈ ਅੰਮ੍ਰਿਤਸਰ ਦੇ ਵਿੱਚ। ਜਿਸ ਵੇਲੇ ਸਤਿਗੁਰੂ ਉੱਥੇ ਪਹੁੰਚੇ ਤੇ ਮੁੜ ਕੇ ਸੰਗਤ ਵੱਲ ਦੇਖਿਆ ਤੇ ਸੰਗਤ ਖੜੀ ਹੈ। ਸਤਿਗੁਰੂ ਕਹਿੰਦੇ ਨੇ ਸੰਗਤ ਦੇ ਪਿੱਛੇ ਮੁੜ ਜਾਓ, ਸਾਡੇ ਨਾਲ ਨਹੀਂ ਕਿਸੇ ਨੇ ਆਉਣਾ, ਬਸ ਇੰਨਾ ਹੀ ਸੰਬੰਧ ਸੀ ਆਪਣਾ, ਪਿੱਛੇ ਮੁੜ ਜਾਓ। ਤੇ ਸੰਗਤ ਧਾਹਾਂ ਪਾਰ ਮਾਰ ਕੇ ਕਹਿੰਦੀ ਹੈ, ਸੱਚੇ ਪਾਤਸ਼ਾਹ ਇੱਕ ਘੜੀ ਨਾ ਮਿਲਦੇ ਤਾਂ ਅਸੀਂ ਤੇ ਤੁਹਾਡੇ ਦਰਸ਼ਨਾਂ ਬਿਨਾਂ, ਸਤਿਗੁਰੂ ਸਾਡੀ ਤੇ ਜਾਨ ਹੀ ਨਹੀਂ ਬਚਦੀ ਜਿੰਨਾ ਚਿਰ ਤੁਹਾਡੇ ਦਰਸ਼ਨ ਨਹੀਂ ਕਰਦੇ। ਮਾਲੀ ਦਾ ਕੰਮ ਬਾਗ ਲਗਾਉਣਾ, ਉਹ ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਉਹ ਲਾਵੇ ਜਾਂ ਨਾ ਲਾਵੇ। ਜਿਹੜਾ ਮਾਲੀ ਹੋਵੇ ਨਾ ਬਾਗ ਦਾ, ਤੇ ਉਹਨੂੰ ਪਤਾ ਹੁੰਦਾ ਵੀ ਬੂਟੇ ਕਿਵੇਂ ਉਹਨੇ ਉਗਾਏ ਨੇ, ਕਿਵੇਂ ਪਾਲੇ ਨੇ, ਕਿਵੇਂ ਫਲ ਲੱਗਣ ਵਾਲੇ ਕੀਤੇ ਨੇ, ਮਾਲੀ ਨੂੰ ਪਤਾ ਹੁੰਦਾ। ਤੇ ਜਿਸ ਵੇਲੇ ਮਾਲੀ ਤੁਰ ਜਾਵੇ ਨਾ ਸਾਧ ਸੰਗਤ, ਤੇ ਬਾਗ ਵਰਾਨ ਹੋ ਜਾਂਦਾ ਹੈ ਉਹ ਸਤਨਾਮ। ਸ੍ਰੀ ਵਾਹਿਗੁਰੂ ਗੁਰੂ। ਜਦੋਂ ਮਾਲੀ ਛੱਡ ਕੇ ਤੁਰ ਜਾਂਦੇ ਨਾ ਤੇ ਬਾਗ ਵਰਾਨ ਹੋ ਜਾਂਦਾ। ਸੰਗਤ ਕਹਿੰਦੀ, ਸੱਚੇ ਪਾਤਸ਼ਾਹ ਸਾਨੂੰ ਛੱਡ ਕੇ ਨਾ ਜਾਇਓ, ਇਉਂ ਪਿਆਰ ਦੇ ਵਿੱਚ ਪੜਦੇ ਜੀ। ਛੱਡ ਕੇ ਨਹੀਂ ਜਾਈਦਾ ਮਾਲੀਆ ਵੇ ਬਾਗ ਕਰਦੀ ਹੈ ਸੱਚੇ ਪਾਤਸ਼ਾਹ, ਸਾਡੀ ਹਾਲਤ ਤੇ ਉਸ ਮਛਲੀ ਵਾਲੀ ਹੈ ਜਿਹੜੀ ਪਾਣੀ ਤੋਂ ਬਿਨਾਂ ਤੜਪਦੀ ਰਹਿੰਦੀ ਹੈ। ਸ੍ਰੀ ਵਾਹਿਗੁਰੂ। ਉਹ ਸੀ ਗੁਰੂ ਪੂਰੇ। ਸਤਿਗੁਰੂ ਕਹਿਣ ਲੱਗੇ, ਸੰਗਤ ਫਿਰ ਜੇ ਇੰਨਾ ਪ੍ਰੇਮ ਹੈ ਨਾ ਤੇ ਸਾਡਾ ਤੁਹਾਡਾ ਵਚਨ ਹੋ ਗਿਆ, ਦੋ ਟਾਈਮ ਸ਼ਬਦ ਚੌਂਕੀ ਲਾਇਆ ਕਰੇ। ਅੱਜ ਵੀ ਤੁਸੀਂ ਕਿਤੇ ਹਰਿਮੰਦਰ ਸਾਹਿਬ ਜਾਇਓ, ਜਾਂਦੇ ਹੀ ਆ ਤੁਸੀਂ ਦੇਖਦੇ ਹੋਵੋਗੇ, ਸ਼ਾਮ ਨੂੰ ਇੱਕ ਸ਼ਬਦ ਚੌਂਕੀ ਨਿਕਲਦੀ ਹੈ, ਮੂਹਰੇ ਨਿਸ਼ਾਨ ਸਾਹਿਬ ਲੈ ਕੇ ਨਿਕਲਦੇ ਨੇ, ਪਿੱਛੇ ਪਿੱਛੇ ਸਿੱਖ ਬਾਣੀ ਪੜ੍ਹਦੇ ਜਾਂਦੇ। ਅੱਜ ਵੀ ਸੰਗਤ 'ਚ ਸ਼ਰਧਾ ਹੈ। ਆ ਲੋਕ ਤੇ ਗੱਲਾਂ ਅੱਜ ਕਰਦੇ ਨੇ ਗੁਰਮੁਖੋ, ਇਹਨਾਂ ਕੋਲ ਤੇ ਨਿੰਦਿਆ ਤੋਂ ਬਿਨਾਂ ਕੰਮ ਹੀ ਨਹੀਂ ਹੈ ਕੋਈ। ਇਹਦੇ ਅਜੇਜਾਂ ਦੇ ਪ੍ਰਚਾਰਕ, ਅੱਜ ਪ੍ਰਚਾਰ ਹੀ ਇਹ ਗੱਲ ਦਾ ਹੋ ਰਿਹਾ। ਸਭ ਤੋਂ ਵੱਧ ਦੁੱਖ ਕੀ ਹੈ, ਅੱਜ ਸਟੇਜ ਤੇ ਬਹਿ ਕੇ ਗੱਲ ਹੀ ਪਹਿਲੀ ਪ੍ਰਚਾਰਕ ਇਹ ਕਰਦੇ ਨੇ, ਕਹਿੰਦੇ ਸੰਤੀ ਵਾਲੇ ਹੋ ਗਏ ਆਪੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲੀ ਗੱਲ ਹੀ ਇਹ ਹੈ, ਕਹਿੰਦੇ ਸੰਤ ਵਾਲੇ ਹੋ ਗਏ। ਸੰਤ ਤਾਂ ਹੁੰਦਾ ਹੀ ਕੋਈ ਨਹੀਂ, ਕਹਿੰਦੇ ਸੰਤ ਤੇ ਹੈ ਹੀ ਨਹੀਂ। ਮੇਰੇ ਸਤਿਗੁਰੂ ਕਿੰਨਾ ਚਿਰ ਪਹਿਲਾਂ ਲਿਖ ਕੇ ਗਏ ਨੇ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਸ਼ ਨਕੋਂ ਵਧਾਰੇ, ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ ਪੰਗਤ। ਗੁਰਮੁਖੋ ਕਿੰਨਾ ਪੁਰਾਣਾ ਸ਼ਬਦ ਹੈ ਸੰਤ, ਤੇ ਸਤਿਗੁਰੂ ਨੇ ਨਵਾਜਿਆ ਆਪਣੇ ਪਿਆਰਿਆਂ ਨੂੰ ਸੰਤ ਕਹਿ ਕੇ ਨਵਾਜਿਆ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਸੰਤ ਦੀ ਪਦਵੀ ਸਤਿਗੁਰੂ ਨੇ ਦਿੱਤੀ ਹੈ। ਪਰ ਅੱਜ ਦੇ ਹਾਲ ਇਹੋ ਜਿਹਾ ਹੋਇਆ ਪਿਆ, ਜਿਹਨਾਂ ਨੇ ਸੰਤਾਂ ਦੇ ਨਾਂ ਤੇ ਗੁਰਮੁਖੋ ਸਭ ਕੁਝ ਇਕੱਠਾ ਕੀਤਾ ਨਾ, ਉਹ ਵੀ ਸਾਧੂਆਂ ਨੂੰ ਦਿੱਤੀ ਜਾਂਦੇ ਨੇ ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਕੱਠਾ ਸਭ ਕੁਝ ਸਾਧੂਆਂ ਦੇ ਨਾਂ ਤੇ ਕਰ ਲਿਆ, ਇਕੱਠਾ ਸਭ ਕੁਝ ਸੰਤਾਂ ਦੇ ਨਾਂ ਤੇ ਕਰ ਲਿਆ। ਅੱਜ ਮੈਂ ਕੁਝ ਬੋਲਦੇ ਨੇ, ਕਹਿੰਦੇ ਸੰਤ ਤੇ ਹੈ ਹੀ ਕੋਈ ਨਹੀਂ। ਬਾਬਾ ਨੰਦ ਸਿੰਘ ਕੌਣ ਹੋਇਆ, ਬਾਬਾ ਈਸ਼ਰ ਸਿੰਘ ਕੌਣ ਹੋਇਆ, ਉਹਨਾਂ ਦੇ ਤੇ ਪੈਰ ਦੀ ਮਿੱਟੀ ਵਰਗੇ ਵੀ ਨਹੀਂ। ਆਪਾਂ ਆਪੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਕਿੰਨੇ ਮਰਜ਼ੀ ਜਨਮ ਲੈ ਲਈਏ, ਆਪਾਂ ਮਹਾਂਪੁਰਖਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਬਣ ਸਕਦੇ, ਪਿਆਰ ਦੇ ਜਿਹੜੀ ਉਹਨਾਂ ਨੇ ਕਮਾਈ ਕੀਤੀ ਹੈ। ਤੇ ਸਤਿਗੁਰੂ ਕਹਿਣ ਲੱਗੇ, ਸੰਗਤ ਜੀ ਨੇ ਤੁਹਾਡਾ ਪ੍ਰੇਮ ਹੈ ਨਾ, ਤੇ ਫਿਰ ਇੱਕ ਵਚਨ ਰਹਿ ਗਿਆ, ਜਿਸ ਵੇਲੇ ਸ਼ਬਦ ਚੌਂਕੀ ਨਿਕਲਿਆ ਕਰੇਗੀ ਨਾ, ਤੁਸੀਂ ਅੱਜ ਵੇਖਿਓ ਹਰਿਮੰਦਰ ਸਾਹਿਬ ਜਾ ਕੇ, ਜਦੋਂ ਸਿੰਘ ਸ਼ਬਦ ਚੌਂਕੀ ਲੈ ਕੇ ਨਿਕਲਦੇ ਨੇ
ਤੇ ਸੰਗਤ ਨਿਸ਼ਾਨ ਸਾਹਿਬ ਦੇ ਝੰਡੇ ਨੂੰ ਮੱਥੇ ਨਾਲ ਲਾਉਂਦੀ ਹੈ। ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਨਿਸ਼ਾਨ ਸਾਹਿਬ ਦਾ ਝੰਡਾ ਉਹਨੂੰ ਮੱਥੇ ਤੇ ਲਾਉਂਦੇ ਨੇ। ਸਤਿਗੁਰ ਦਾ ਬਚਨ ਹੈ, ਧੰਨ ਬਾਬਾ ਬੁੱਢਾ ਜੀ, ਜਦੋਂ ਨਿਸ਼ਾਨ ਸਾਹਿਬ ਲੈ ਕੇ ਸ਼ਬਦ ਚੌਂਕੀ ਲੈ ਕੇ ਨਿਕਲਿਆ ਕਰੋਗੇ, ਮੇਰਾ ਤੁਹਾਡੇ ਨਾਲ ਬਚਨ ਹੈ, ਤੁਹਾਡੇ ਅੱਗੇ ਲੱਗ ਕੇ ਮੈਂ ਤੁਰਿਆ ਕਰਾਂਗਾ। ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤੁਹਾਡੇ ਅੱਗੇ ਹੋਇਆ ਕਰਾਂਗਾ, ਮੇਰਾ ਤੁਹਾਡਾ ਬਚਨ ਹੈ। ਤੇ ਅੱਜ ਵੀ ਗੁਰਮੁਖੋ ਜਿਹੜੇ ਪਿਆਰ ਵਾਲੇ ਨੇ ਨਾ, ਉਹਨਾਂ ਨੂੰ ਸਤਿਗੁਰੂ ਅੱਜ ਵੀ ਅੱਗੇ ਦਿਸਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ, ਜਿਹਨਾਂ ਦੀਆਂ ਅੱਖਾਂ ਨੇ ਬੋਲਿਆ, ਰੱਬ ਦੇ ਤੋਂ ਵੱਖ ਨੀ ਤੇਰੀ ਵੇਖਣ ਵਾਲੀ, ਰੱਬ ਦੇ ਤੋਂ ਦੂਰ ਨੀ ਉਹ, ਤੇਰਾ ਵੀ ਕਸੂਰ ਨੀ, ਜਿਹਦੇ ਨਾਲ ਦੀਦਾ ਰੱਬ ਤੇਰੇ ਅੱਖੀਆਂ ਚ ਨੂਰ ਨੀ। ਮਹਾਂਪੁਰਖ ਅੱਜ ਵੀ ਹੈਗੇ ਨੇ ਦੁਨੀਆਂ ਤੇ, ਪਰ ਕੀ ਕਰੀਏ ਸਾਨੂੰ ਦਿਸਦੇ ਹੀ ਨੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਨੂੰ ਦਿਸਦੇ ਹੀ ਨੀ ਮਹਾਂਪੁਰਖ, ਸਾਨੂੰ ਦਿਸਦੇ ਹੀ ਨੀ ਗੁਰੂ ਪਿਆਰੇ। ਤੇ ਜਿਸ ਵੇਲੇ ਸਤਿਗੁਰੂ ਜਾਣ ਲੱਗੇ, ਸੰਗਤ ਰੋਂਦੀ ਹੈ, ਸੱਚੇ ਪਾਤਸ਼ਾਹ ਸਿੱਖ ਸਭ ਕੁਝ ਚੱਲ ਸਕਦਾ, ਪਰ ਸਿੱਖ ਚੱਲਿਆ ਨੀ ਜਾਣਾ ਸਭ ਗੁਰਾਂ ਦਾ। ਸ੍ਰੀ ਮਹਾਂਪੁਰਸ਼ਾਂ ਦਾ ਮਾਫੀ ਮੰਗਦਾ ਸਨਮਾਨ ਕਰ ਰਹੇ ਨੇ ਸ੍ਰੀ ਮਾਨ ਸੰਤ ਬਾਬਾ ਸੰਗਰਾਂ ਜੀ ਭੂਰੀ ਵਾਲੇ ਸੰਤ ਬਾਬਾ ਹਰਿੰਦਰ ਸਿੰਘ ਜੀ ਰੌਲੀ ਵਾਲਿਆਂ ਦਾ। ਆਪਾਂ ਜਗਾਰਾ ਬੁਲਾ ਲਈਏ ਬੋਲੇ।